दंडात बंदन 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 अनेक अनेक बार सर्व कला समरथ प्रभु नानक दे नानक दे दे कहे छिपो छाइलो कहे छिपो छाइलो कहे छिपो छाइलो राम नाम लावोची राम नाम लावो ची कहे छिपो छाइलो कहे छिपछाइलो राम नाम लावो चीत राम नाम लावो तिलोचन
कहे त्रिलोचन मीत राम ना लावो ची राम ना लावो ची कहे त्रिलोचन मीत कहे
त्रिलोचन मीत नम माया मोहया कहे त्रिलोचन मीत काहे छिपो छाए कहे त्रिलोचन मीत काहे छिपो छाए राम नाला चीत कहे त्रिलोचन मीत गुरु अर्जन पातशाह जी दा ए भी श्लोक है। मैं जिवें पिछली बार अर्ज कीती सी जीवन बहुपक्खी है, इनू समझन लई सानू हर पक्ष ते निगाह मारनी पैगी। ते उस रोशनी विच जो रोशनी श्री गुरु ग्रंथ साहिब दे शब्द दे रहे ने और गुरु दा कर्तव्य उनकी ड्यूटी एहो है सानू जीवन समझाना। ते जीवन दे मुख रूप विच चार पहलू ने, चार पहलू जिन्हां दी जीवन विच बड़ी लोड़ महसूस हुंदी है मनुख। उन्हां विच्चों कोई एक पहलू भी कमजोर रह जाए तां मनुख अपना जीवन अधूरा अधूरा महसूस करदा है। उन्हां चार पहलुआं नू, चार लोड़ां नू गुरबाणी विच चार पदार्थ भी आख्या गया है। धर्म, अर्थ, काम, मोख। धर्म, अर्थ, काम, मोख। मनुख नू इन्हां दी लोड़ सी, इसलिए गुरु ने एक आवाज भी दिती, कहन लगे चार पदार्थ जे को मांगे, चार पदार्थ जे को मांगे सात जना की सेवा लगे। ये भी आख दिता कि चार पदार्थ चारे पाए चौंदा होना जरूरी है। जे मनुख दे जीवन विच्चों धर्म दी अनहोंद हो जाए तद भी अधूरा है। अर्थ दी भाव दौलत दी पैसे दी आर्थिक जिन्हों आप आख देने ए मनुख कोल ना रहे तद भी जीवन विच बड़िया औकड़ा ने। गुरबाणी ने ही आख दिता फैसला। और यो गल है कि असी कई बार बाणी नू ना समझ कर समझन करके किसी विषय ते कन्फ्यूज हो जाने, भरम विच पै जाने, निरी माया नू दौलत नू बुरा बुरा आखी जाना ते समझना कि खौरे जिंदे तन ते कपड़ा ना होवे। हालांकि गुरबाणी अंदर एक लफज आ गया जिथे एक पासे आख्या ना कि मैं पाड़ पटोला तज करी कंबलड़ी पै रहे हूं, मैं सोने वस्त्र छट दियो क्योंकि वह दौलत दी प्रतीक ने। कंबली गल च फकीरां वाली कंबली पा लवां
ਜਿੰਨੀ ਵੇਸੀ ਸੌ ਮਿਲੇ ਸੇ ਵੇਸ ਤੇ ਗੁਰੂ ਨੇ ਇਹਦਾ ਜਵਾਬ ਦਿੱਤਾ ਕਹਿਣ ਲੱਗੇ ਨਹੀਂ ਕਾਏ ਪਟੋਲਾ ਪੜਤੀ ਕਾਏ ਪਟੋਲਾ ਪੜਤੀ ਕੰਬਲੜੀ ਪੈ ਰਹੇ ਹੋ ਉਹ ਅਸੀਂ ਘਰ ਛੱਡਦੇ ਹਾਂ ਇੱਥੇ ਕਹਿਣ ਲੱਗੇ ਨਾਨਕ ਘਰ ਹੀ ਬੈਠੇ ਸੋ ਤਾਂ ਗੁਰੂ ਨੇ ਚਾਰੇ ਪਦਾਰਥਾਂ ਦੀ ਹੋਂਦ ਦਾ ਅਹਿਸਾਸ ਕੀਤਾ ਜੇ ਧਰਮ ਜੀਵਨ ਵਿੱਚੋਂ ਅਨਹੋਂਦ ਹੋ ਜਾਏ ਤਦ ਵੀ ਅਧੂਰਾ ਹੈ ਜੇ ਕੋਈ ਗਰੀਬ ਹੋ ਜਾਏ ਉਹਦੇ ਕੋਲ ਕੁਛ ਨਾ ਰਹੇ ਰੋਟੀ ਤੋਂ ਮੰਗਤਾ ਬਣਿਆ ਫਿਰੇ ਤਦ ਵੀ ਅਧੂਰਾ ਹੈ ਗੁਰੂ ਨੇ ਕਹਿ ਦਿੱਤਾ ਮਖੱਟੂ ਹੋ ਕੇ ਕੰਮ ਪੜ ਕੰਨ ਪੜਾਏ ਘਰ ਘਰ ਮੰਗੇ ਭੀਖਿਆ ਜਾਏ ਉਹ ਵੀ ਅਧੂਰਾ ਹੈ ਇਸ ਲਈ ਅਰਥ ਵੀ ਆਰਥਿਕ ਤੌਰ 'ਤੇ ਵੀ ਮਜ਼ਬੂਤ ਹੋਣਾ ਚਾਹੀਦਾ ਸਿੱਖ ਔਰ ਮੈਂ ਹੈਰਾਨ ਹੁੰਦਾ ਇਹ ਸਾਰੀਆਂ ਚੀਜ਼ਾਂ ਸੀ ਜੋ ਗੁਰਬਾਣੀ ਵਿੱਚੋਂ ਨੇ ਜੇਕਰ ਸਾਡੀ ਤਸੱਲੀ ਵਿੱਚ ਵਿਸ਼ਵਾਸ ਵਿੱਚ ਆ ਜਾਣ ਸਾਨੂੰ ਪਤਾ ਲੱਗ ਜਾਏਗਾ ਕਿ ਗੁਰੂ ਨਾਨਕ ਦਾ ਦਿੱਤਾ ਹੋਇਆ ਤਾਂ ਕਿੱਡੀ ਮਹਾਨ ਹੈ ਸਾਡੇ ਲਈ ਕੋਈ ਔਕੜਾ ਨਹੀਂ ਬਲਕਿ ਇੱਕ ਜ਼ਰਖੇਜ਼ ਚੰਗਾ ਸੁਖੀ ਜੀਵਨ ਬਿਤਾਉਣ ਦਾ ਤਰੀਕਾ ਹੈ ਗੁਰੂ ਕਹਿੰਦੇ ਨੇ ਇਹ ਵੀ ਹੋਣੇ ਚਾਹੀਦੇ ਬਲਕਿ ਜਿਹਦੇ ਕੋਲ ਦੌਲਤ ਨਹੀਂ ਉਹਦੇ ਸੰਬੰਧ ਵਿੱਚ ਗੁਰੂ ਨੇ ਬਾਣੀ ਵਿੱਚ ਆਖਿਆ ਗ੍ਰਹਿ ਸੋਭਾ ਜਾਂ ਕੇਰੇ ਨਾਹੇ ਜਿਹਦੇ ਘਰ ਵਿੱਚ ਵਡਿਆਈ ਸੋਭਾ ਮਾਇਆ ਦੀ ਦੌਲਤ ਦੀ ਨਾ ਹੋਵੇ ਆਵਤ ਪਈ ਆ ਖੁਦ ਜਾਏ ਜੇ ਉਹਦੇ ਘਰ ਕੋਈ ਮਹਿਮਾਨ ਵੀ ਆ ਜਾਏ ਕੋਈ ਮੁਸਾਫਰ ਆ ਜਾਏ ਤਾਂ ਭੁੱਖਾ ਹੀ ਜਾਏਗਾ ਉਹਦੇ ਘਰ ਵਿੱਚ ਆਪਣੇ ਤੋਂ ਅੱਗੇ ਤਾਂ ਰੋਟੀ ਨਹੀਂ ਆ ਲੰਗਰ ਐਵੇਂ ਥੋੜ੍ਹਾ ਚੱਲਦੇ ਨੇ ਆਵਤ ਪਈ ਆ ਖੁਦ ਜਾਏ ਵਾਕੇ ਨਾ ਅੰਤਰ ਨਹੀਂ ਸੰਤੋਖ ਬਿਨ ਸੁਹਾਗਣ ਲਾਗੇ ਦੋਖ ਇਹ ਤਾਂ ਪਾਪ ਹੈ ਜਿਹਦੇ ਕੋਲ ਦੌਲਤ ਨਹੀਂ ਉਹਦੇ ਕੋਲ ਦੌਲਤ ਵੀ ਸਿੱਖ ਕੋਲ ਦੌਲਤ ਵੀ ਚਾਹੀਦੀ ਧਰਮ ਤੋਂ ਬਾਅਦ ਅਰਥ ਆ ਗਿਆ ਆਰਥਿਕ ਕਾਮਨਾ ਜਿਹੜੀ ਉਹ ਸੰਜੋਗ ਹੈ ਕਾਮ ਸੰਜੋਗ ਹੈ ਆ ਪਿਛਲੇ ਦੋ ਸਲੋਕ ਜਿਹੜੇ ਨੇ ਉਹ ਸੰਯੋਗ 'ਤੇ ਨੇ ਕਾਮਨਾ 'ਤੇ ਨੇ ਸੰਸਾਰ ਅੰਦਰ ਦੁਨੀਆ ਅੰਦਰ ਕਿਵੇਂ ਰਹਿਣਾ ਕਿੰਦੀ ਸੰਗਤ ਕਰਨੀ ਹੈ ਕਿੰਦੀ ਨਹੀਂ ਕਰਨੀ ਇਹ ਜਿਉਣਾ ਸੰਸਾਰ ਵਿੱਚ ਤੇਰਾ ਸੰਬੰਧ ਕਿਵੇਂ ਬਣੇ ਕਿਵੇਂ ਨਾ ਬਣੇ ਕਿੱਥੋਂ ਤੱਕ ਸੀਮਾ ਰੱਖਣੀ ਉਹ ਵੀ ਸਮਝਾਇਆ ਅਤੇ ਮੋਖ ਤਿਆਗ ਕਿਵੇਂ ਕਰਨਾ ਹੈ ਮਾਇਆ ਮੈਂ ਜਿਸ ਰੱਖੇ ਉਹਦਾ ਇਹ ਨਹੀਂ ਆਇਆ ਆਖਿਆ ਕਿ ਮਾਇਆ ਕੋਲ ਕੋਈ ਨਾ ਹੋਵੇ ਅਤੇ ਉਦਾਸੀ ਬਣ ਕੇ ਜੰਗਲਾਂ ਵਿੱਚ ਚਲਾ ਜਾਏ ਕਹਿਣ ਲੱਗੇ ਨਹੀਂ ਮਾਇਆ ਮੈਂ ਜਿਸ ਰੱਖੇ ਉਦਾਸ ਕਬੀਰ ਹਾਂ ਤਾਂ ਕਾ ਦਾਸ ਮੇਰਾ ਮਤਲਬ ਚਾਰੋਂ ਪਦਾਰਥ ਗੁਰੂ ਨੇ ਕਿਉਂ ਕਹਿ ਦਿੱਤਾ ਚਾਰ ਪਦਾਰਥ ਚਾਰੇ ਪਾਏ ਗੁਰਮੁਖ ਨਾਨਕ ਹਰ ਭਜੋ ਗੁਰੂ ਰਸਤਾ ਦੱਸਦਾ ਸੋ ਪਿਛਲੀ ਵਾਰ ਸੀ ਸੰਯੋਗ ਦਾ ਸੰਸਾਰ ਵਿੱਚ ਕਿਵੇਂ ਰਹਿਣਾ ਹੈ ਕਿਹਦੇ ਨਾਲ ਨੇੜ ਰੱਖਣੀ ਹੈ ਸੰਬੰਧ ਜੋੜਨੇ ਨੇ ਕਿਹਦੇ ਤੋਂ ਪਰਹੇਜ਼ ਕਰਨਾ ਇਸ ਲਈ ਪਿਛਲੀ ਵਾਰ ਦੇ ਦੋ ਸਲੋਕ ਉਸ ਸੰਬੰਧ ਵਿੱਚ ਸਨ ਬਾਬਾ ਕਬੀਰ ਜੀ ਨੂੰ ਸੰਬੋਧਨ ਕਰਕੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਬਚਨ ਕੀਤੇ ਹੋਏ ਹੁਣ ਅਗਲੇ ਸਲੋਕ ਜਿਹੜੇ ਦੋ ਨੇ ਉਹ ਹਨ ਆਰਥਿਕ ਦੌਲਤ ਤੋਂ ਬਿਨਾਂ ਵੀ ਨਹੀਂ ਸਰਦਾ ਅਤੇ ਦੌਲਤ ਲਈ ਕਿਰਤ ਚਾਹੀਦੀ ਕਿਉਂਕਿ ਗੁਰਮਤਿ ਵਿੱਚ ਇਹ ਵੀ ਰਸਤਾ ਨਹੀਂ ਕਿ ਮੰਗਤਾ ਬਣਨਾ ਹੈ ਗੁਰਮਤਿ ਵਿੱਚ ਇਹ ਵੀ ਰਸਤਾ ਨਹੀਂ ਕਿ ਚੋਰ ਬਣਨਾ ਹੈ ਪਰਾਇਆ ਹੱਕ ਖਾਣਾ ਹੈ ਉੱਥੇ ਵੀ ਕਹਿ ਦਿੱਤਾ ਪਰਾਇਆ ਹੱਕ ਪਰਾਇਆ ਨਾਨਕਾ ਕਰਪਸ਼ਨ ਕਰਨੀ ਅਤੇ ਫਿਰ ਜੇ ਦੋਨੋਂ ਚੀਜ਼ਾਂ ਨਹੀਂ ਤਾਂ ਫਿਰ ਕਿਰਤ ਕਰਨੀ ਹੈ ਬਹੁਤ ਜ਼ਰੂਰੀ ਹੁਣ ਆਰਥਿਕ ਮਸਲੇ ਨੂੰ ਸਮਝਾਉਣ ਲਈ ਸਿੱਖ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਐਗਜ਼ਾਮਪਲ ਵਰਤੀ ਕਿਉਂਕਿ ਗੁਰੂ ਸਾਹਿਬ ਦਾ ਇੱਕ ਗੁਰਬਾਣੀ ਦਾ ਸਿਸਟਮ ਵੀ ਸਮਝਣਾ ਕਿ ਸਤਿਗੁਰੂ ਨੇ ਬਾਣੀ ਅੰਦਰ ਕਿਸੇ ਨੂੰ ਕੋਈ ਗੱਲ ਸਮਝਾਉਣ ਲਈ ਵਕਤ ਦੀਆਂ ਐਗਜ਼ਾਮਪਲਸ ਵਰਤੀਆਂ ਨੇ ਅਤੇ ਕਿਰਸਾਣੀ ਦੀ
ਕਿਤੇ ਹਟਵਾਣੀ ਦੀ, ਕਿਤੇ ਨੌਕਰਸ਼ਾਹੀ ਦੀ, ਸਾਰਾ ਕੁਝ ਵਰਤਿਆ। ਔਰ ਇੱਥੇ ਵੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਨਾਮਦੇਵ ਅਤੇ ਤਰਲੋਚਨ ਦੇ ਆਪਸੀ ਸੰਵਾਦ ਦੀ ਇੱਕ ਐਗਜ਼ਾਮਪਲ ਵਰਤੀ ਹੈ। ਆਪਸੀ ਸੰਵਾਦ ਦੀ ਗੱਲਬਾਤ ਦੀ, ਹੱਡ ਬੀਤੀ ਦੀ, ਉਸ ਇਤਿਹਾਸ ਦੀ ਜਿਹੜਾ ਕਦੀ ਬੀਤਿਆ ਗੁਰੂ ਸਾਹਿਬ ਤੋਂ ਪਹਿਲਾਂ ਦਾ। ਨਾਮਦੇਵ ਜਿਹੜਾ ਗੁਰੂ ਸਾਹਿਬ ਤੋਂ, ਗੁਰੂ ਨਾਨਕ ਤੋਂ 200 ਸਾਲ ਪਹਿਲਾਂ ਹੋਇਆ, ਥੋੜ੍ਹਾ ਨਹੀਂ 200 ਸਾਲ ਪਹਿਲਾਂ ਹੋਇਆ। ਉਹਦੀ ਹਿਸਟਰੀ, ਉਹਦੇ ਇਤਿਹਾਸ, ਉਹਦੇ ਜੀਵਨ ਦਾ ਬਿਰਤਾਂਤ ਜਿਹੜਾ ਹੈ ਉਹ ਐਗਜ਼ਾਮਪਲ ਵਜੋਂ ਗੁਰੂ ਵਰਤ ਰਹੇ ਨੇ ਸਾਨੂੰ ਸਮਝਾਉਣ ਲਈ। ਸਵਾਲ ਜਵਾਬ ਉਹਨਾਂ ਦਾ ਆਪਸ ਵਿੱਚ ਹੈ। ਇਹ ਸਲੋਕ ਜਿਹੜੇ ਅਗਲੇ ਨੇ ਆਰਥਿਕ ਤੌਰ 'ਤੇ ਸਮਝਾਉਣ ਲਈ ਇਹ ਨੇ। ਹੁਣ ਇੱਥੇ ਇਹ ਵੀ ਦੇਖਣਾ ਹੈ ਕਿ ਨਾਮਦੇਵ ਦਾ ਦੋਸਤ ਹੈ, ਮਿੱਤਰ ਹੈ ਤਰਲੋਚਨ, ਅਤੇ ਤਰਲੋਚਨ ਜਿਹੜਾ ਹੈ ਉਹ ਧਾਰਮਿਕ ਅਵਸਥਾ ਵਿੱਚ, ਧਾਰਮਿਕ ਦੇ ਧਾਰਮਿਕ ਪੰਥ ਵਿੱਚ, ਮੁਸਾਫਰੀ ਵਿੱਚ ਨਾਮਦੇਵ ਦੇ ਪਿੱਛੇ ਖਲੋਤਾ ਹੈ। ਭਾਈ ਗੁਰਦਾਸ ਜੀ ਨੇ ਵੀ ਬੜੀ ਖੂਬਸੂਰਤ ਗੱਲ ਇਹੋ ਗੱਲ ਤਰਲੋਚਨ ਅਤੇ ਨਾਮਦੇਵ ਦੇ ਸੰਬੰਧ ਵਿੱਚ ਆਖੀ, ਕਿਉਂਕਿ ਨਾਲ ਨਾਲ ਅਸੀਂ ਐਗਜ਼ਾਮਪਲ ਵਜੋਂ ਸਮਝਣ ਵਾਸਤੇ ਦੂਜੀਆਂ ਰਚਨਾਵਾਂ ਵੀ ਦੇਖਦੀਆਂ ਨੇ। ਭਾਈ ਗੁਰਦਾਸ ਜੀ ਨੇ ਆਖਿਆ, ਦਰਸ਼ਨ ਦੇਖਣ ਨਾਮ ਦਿਓ, ਭਲਕੇ ਉੱਠ ਤਰਲੋਚਨ ਆਵੇ। ਤਰਲੋਚਨ ਨਾਮਦੇਵ ਦੇ ਦਰਸ਼ਨ ਕਰਨ ਆਉਂਦਾ, ਨਾਮਦੇਵ ਨਹੀਂ, ਇਹਦਾ ਮਤਲਬ ਉਹ ਪਿੱਛੇ ਪ੍ਰਾਪਤੀ ਉਹਨੇ ਲੈ, ਉਹ ਕੁਝ ਪੁੱਛਣਾ ਚਾਹੁੰਦਾ, ਕੁਝ ਸਿੱਖਣਾ ਚਾਹੁੰਦਾ। ਹਮੇਸ਼ਾ ਸਕੂਲ ਵਿੱਚ ਵਿਦਿਆਰਥੀ ਜਾਂਦਾ, ਵਿਦਿਆਰਥੀ ਦੇ ਘਰ ਉਸਤਾਦ ਨਹੀਂ ਜਾਂਦਾ। ਭਾਈ ਸਾਹਿਬ ਨੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਦਰਸ਼ਨ ਦੇਖਣ ਨਾਮ ਦਿਓ, ਭਲਕੇ ਉੱਠ ਤਰਲੋਚਨ ਆਵੇ। ਭਗਤ ਕਰਨ ਮਿਲ ਜੋ ਜਣੇ, ਪਰਮਾਰਥ ਦੀ ਦੁਨੀਆਂ ਵਿੱਚ ਅੱਗੇ ਵਧਣ ਲਈ ਦੋਨੋਂ ਵਿਚਾਰ ਵਟਾਂਦਰਾ ਕਰਦੇ ਨੇ, ਤੇ ਉੱਥੇ ਕੀ ਹੈ, ਨਾਮਦੇਵ ਹਰੀ ਚਲਤ ਸੁਣਾਵੇ। ਰੱਬ ਦੀਆਂ ਗੱਲਾਂ ਜਿਹੜੀਆਂ ਗੁਣ ਰੂਪ ਨੇ ਉਹ ਨਾਮਦੇਵ ਤਰਲੋਚਨ ਨੂੰ ਸੁਣਾਉਂਦਾ, ਇਹਦਾ ਮਤਲਬ ਨਾਮਦੇਵ ਅਗਵਾਈ ਕਰ ਲਿਆ। ਤਰਲੋਚਨ ਕੁਝ ਮਨ ਅੰਦਰ ਜਿਹੜੇ ਭਰਮ ਨੇ ਜਾਂ ਸ਼ੰਕੇ ਨੇ ਉਹਨਾਂ ਨੂੰ ਦੂਰ ਕਰਦਾ ਨਾਮਦੇਵ ਕੋਲੋਂ। ਭਾਈ ਸਾਹਿਬ ਦੇ ਦੋ ਲਾਈਨਾਂ ਵਿੱਚ ਬੜਾ ਖੂਬਸੂਰਤ ਜਵਾਬ ਹੈ, ਦਰਸ਼ਨ ਦੇਖਣ ਨਾਮ ਦਿਓ, ਭਲਕੇ ਉੱਠ ਤਰਲੋਚਨ ਆਵੇ। ਭਗਤ ਕਰਨ ਮਿਲ ਦੋ ਜਣੇ, ਦੋਵੇਂ ਇਕੱਠੇ ਬਹਿੰਦੇ ਨੇ, ਪਰ ਨਾਮਦੇਵ ਹਰ ਚਲਤ ਸੁਣਾਵੇ। ਜਿਹੜੇ ਰੱਬ ਦੀਆਂ, ਧਰਮ ਦੀਆਂ, ਗੁਣਾਂ ਦੀਆਂ ਗੱਲਾਂ ਨੇ ਉਹ ਨਾਮਦੇਵ ਤਰਲੋਚਨ ਨੂੰ ਸੁਣਾਉਂਦਾ। ਹੁਣ ਇਹਦਾ ਮਤਲਬ ਕੁਝ ਸਵਾਲ ਜਿਹੜੇ ਨੇ, ਜਿਹੜੇ ਪੁੱਛਣੇ ਨੇ ਸ਼ਗਿਰਦ ਦੇ ਰੂਪ ਵਿੱਚ, ਵਿਦਿਆਰਥੀ ਦੇ ਰੂਪ ਵਿੱਚ, ਉਹ ਤਰਲੋਚਨ ਨੇ ਪੁੱਛਣੇ ਨੇ। ਨਾਮਦੇਵ ਤਾਂ ਅਗਵਾਈ ਕਰ ਰਿਹਾ। ਹੁਣ ਇਸ ਸ਼ਬਦ ਦੇ ਮੁਤਾਬਕ ਜਦੋਂ ਤਰਲੋਚਨ ਆਉਂਦਾ ਹੈ, ਅਤੇ ਤਰਲੋਚਨ ਤਾਂ ਆਖਰ ਅਜੇ ਪਿੱਛੇ ਖੜ੍ਹਾ ਨਾ, ਦੁਨੀਆਦਾਰੀ ਵਿੱਚ ਖੜ੍ਹਾ, ਅਤੇ ਉਹ ਸੋਚਦਾ ਹੈ ਵੀ ਪ੍ਰਚਲਿਤ ਗੱਲ ਹੈ ਉਹ ਤਾਂ ਇਹ ਹੈ ਵੀ ਕਾਰੋਬਾਰ, ਦੁਨੀਆਦਾਰੀ, ਇਹ ਰੱਬ ਦੀ ਭਗਤੀ ਦੇ ਰਾਹ ਵਿੱਚ ਰੋੜਾ ਨੇ। ਇਸ ਲਈ ਤਾਂ ਜੋਗੀਆਂ ਨੇ, ਸਿੱਧਾਂ ਨੇ ਘਰ ਛੱਡੇ, ਕਾਰੋਬਾਰ ਛੱਡੇ। ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਅਸੀਂ ਜਦੋਂ ਪੜ੍ਹਦੇ ਹਾਂ ਤਾਂ ਹੈਰਾਨ ਹੁੰਦੇ ਹਾਂ, ਉੱਥੇ ਇੱਕ ਲਫ਼ਜ਼ ਆਏ ਨੇ, ਕਹਿੰਦੇ ਨੇ ਗ੍ਰਹਿ ਤਾਜ ਬਨਖੰਡ ਜਾਈਏ, ਘਰ ਛੱਡ ਦਿੱਤਾ, ਪਰਿਵਾਰ ਛੱਡ ਦਿੱਤਾ, ਅਤੇ ਬਨਖੰਡ ਜੰਗਲ ਵਿੱਚ ਚਲੇ ਗਏ, ਚੁਣ ਖਾਈਏ ਕੰਧਾਂ, ਕੋਲ ਕੁਝ ਨਹੀਂ ਸੀ, ਉੱਥੋਂ ਦੇ ਫਲ ਫੁੱਲ ਆ ਕੇ ਗੁਜ਼ਾਰਾ ਕਰਨਾ ਪਿਆ। ਅਤੇ ਅਗਲੀ ਲਾਈਨ ਪੜ੍ਹੋ,
ਉਹ ਲਫ਼ਜ਼ ਨੇ ਅੱਜ ਉਹ ਬੇਕਾਰ ਨਾ ਛੋੜੀ ਪਾਪੀ ਮਨ ਮੰਦਾ ਘਰ ਬਾਰ ਛੱਡ ਦਿੱਤਾ ਕਾਰੋਬਾਰ ਛੱਡ ਦਿੱਤਾ ਪਰ ਉੱਥੇ ਪਹੁੰਚ ਕੇ ਵੀ ਜਾ ਕੇ ਕੀ ਵੇਖਿਆ ਵਿਕਾਰ ਨਹੀਂ ਖਤਮ ਹੋਏ ਮਨ ਵਿਕਾਰ ਹੀ ਰਿਹਾ ਖੈਰ ਇਹ ਬੜੀ ਲੰਬਾ ਚੌੜਾ ਵਿਸ਼ਾ ਹੈ ਬਹੁਤ ਸਾਰੀਆਂ ਐਗਜ਼ਾਮਪਲ ਨੇ ਇਹਦੇ ਵਿੱਚ ਪ੍ਰਥਵੀ ਜੋਗੀ ਦੀਆਂ ਵੀ ਦੂਜੀਆਂ ਦਿੱਤੀਆਂ ਜਾ ਸਕਦੀਆਂ ਨੇ ਪਰ ਚਲੋ ਮੈਂ ਅੱਜ ਆਪਣੇ ਵਿਸ਼ੇ ਤੋਂ ਬਾਹਰ ਨਾ ਜਾਵਾਂ ਕਹਿੰਦੇ ਨੇ ਅਜੋ ਬੇਕਾਰ ਨਾ ਛੋੜੀ ਪਾਪੀ ਮਨ ਮੰਦਾ ਭਲਿਆ ਧਰਮ ਦੇ ਰਾਹ ਵਿੱਚ ਭਗਤੀ ਦੇ ਰਾਹ ਵਿੱਚ ਬੇਕਾਰ ਜਿਹੜੇ ਨੇ ਉਹੋ ਹੀ ਤੇਰੇ ਵੱਡੀ ਰੁਕਾਵਟ ਸਨ ਬੇਕਾਰ ਛੱਡਦੇ ਸਨ ਪਰ ਤੂੰ ਬੇਕਾਰ ਛੱਡਣ ਦੀ ਬਜਾਏ ਕਾਰ ਛੱਡ ਦਿੱਤੀ ਬੇਕਾਰ ਹੋ ਗਏ ਤੇ ਕਾਰ ਦਾ ਮਤਲਬ ਕਰਤਾ ਉਹ ਕਿਰਤ ਛੱਡਣੇ ਬੇਕਾਰ ਸਨ ਤੂੰ ਕਾਰ ਛੱਡ ਦਿੱਤੀ ਉੱਥੇ ਬੇਕਾਰ ਨੇ ਸਿਆਰੀ ਨਾਲ ਬਿਆਰੀ ਨਾਲ ਇੱਥੇ ਵਿਕਾਰ ਨੇ ਵਿਕਾਰਾਂ ਦੇ ਨਾਲ ਜਦੋਂ ਬੇਲਫਜ਼ ਆ ਜਾਏਗਾ ਹੋ ਜਾਏਗਾ ਬੇਕਾਰ ਜਿਹਦੇ ਕੋਲ ਕਾਰ ਕੋਈ ਨਹੀਂ ਕਿਰਤ ਕੋਈ ਨਹੀਂ ਛੱਡ ਤੂੰ ਇਹ ਦਿੱਤੀ ਹੁਣ ਇੱਥੇ ਵੀ ਸਵਾਲ ਇਹੋ ਆ ਗਿਆ ਤ੍ਰਿਲੋਚਨ ਨੇ ਵੇਖਿਆ ਹੈ ਉਹਦੇ ਮਨ ਅੰਦਰ ਉਹ ਖਿਆਲ ਕੰਮ ਕਰ ਰਿਹਾ ਸੀ ਕਿ ਭਗਤੀ ਦੇ ਰਾਹ ਵਿੱਚ ਇਹ ਕਾਰੋਬਾਰ ਇਹ ਵਿਹਾਰ ਇਹ ਪਰਿਵਾਰ ਜੋਗੀਆਂ ਵਾਂਗ ਇਹ ਸਾਰੇ ਰੁਕਾਵਟ ਨੇ ਇਹ ਵਿਘਨ ਨੇ ਇਹ ਛੱਡਣੇ ਪੈਣੇ ਨੇ ਇਸੇ ਲਈ ਗ੍ਰਹਿ ਤਜ ਬਣਖੰਡ ਜਾਈਏ ਨਾ ਹੁਣ ਤ੍ਰਿਲੋਚਨ ਜਦੋਂ ਨਾਮਦੇਵ ਦੇ ਕੋਲ ਘਰ ਵਿੱਚ ਆਉਂਦਾ ਹੈ ਧਰਮ ਦੀ ਸਿੱਖਿਆ ਲੈਣ ਲਈ ਰੱਬ ਦੇ ਗੁਣ ਸਮਝਣ ਲਈ ਤਾਂ ਉਹ ਸੋਚੀ ਪੈ ਜਾਂਦਾ ਵੀ ਇਹ ਤੇ ਕਦੇ ਆਉਣਾ ਤੇ ਕੱਪੜੇ ਸੀ ਰਿਹਾ ਹੁੰਦਾ ਹੈ ਕਦੇ ਆਉਣਾ ਤੇ ਕੱਪੜੇ ਰੰਗ ਰਿਹਾ ਹੁੰਦਾ ਇਹ ਤੇ ਸੀਵਨ ਤੇ ਰੰਗਣ ਵਿੱਚ ਹੀ ਲੱਗਾ ਹੋਇਆ ਹੈ ਅੱਖਾਂ ਦਾ ਭਗਤ ਹੈ ਪਰ ਕਹਿੰਦਾ ਨਹੀਂ ਮੈਂ ਇਹਦੇ ਕੋਲ ਕੁਝ ਸਮਝਣ ਆਉਣਾ ਇਸ ਲਈ ਸਵਾਲ ਤਾਂ ਕੁਝ ਸਮਝਣ ਲਈ ਹੁੰਦਾ ਸਵਾਲ ਤਾਂ ਸਮਝਣ ਲਈ ਹੈ ਇਸ ਲਈ ਜੇ ਸਵਾਲ ਨਹੀਂ ਕਰਾਂਗਾ ਤੇ ਸਮਝ ਨਹੀਂ ਆਵੇਗੀ ਸਵਾਲ ਕਰਦਾ ਤੇ ਬੜੇ ਸਿੱਧੇ ਸਪਸ਼ਟ ਲਫ਼ਜ਼ਾਂ ਵਿੱਚ ਕਰਦਾ ਨਾਮਾ ਮਾਇਆ ਮੋਹਿਆ ਮੈਂ ਕੀ ਦੇਖਣਾ ਮੈਂ ਤੇ ਸੁਣਿਆ ਸੀ ਨਾਮਦੇਵ ਭਗਤ ਹੈ ਤੇ ਭਗਤ ਦੀ ਨਿਸ਼ਾਨੀ ਇਹ ਹੈ ਉਹ ਸੰਸਾਰਿਕ ਦੁਨੀਆਦਾਰੀ ਵਿੱਚ ਪੈਂਦਾ ਨਹੀਂ ਪਰ ਇਹ ਤਾਂ ਮਾਇਆ ਕਮਾਉਣ ਵਿੱਚ ਦੌਲਤ ਕਮਾਉਣ ਵਿੱਚ ਲੱਗਾ ਹੋਇਆ ਹੈ ਨਾਮਾ ਮਾਇਆ ਮੋਹਿਆ ਕਹੇਤ ਲੋਚਨ ਮੀਤ ਮਿੱਤਰ ਹੈ ਤੇ ਮਨ ਦਾ ਸ਼ੰਕਾ ਮਨ ਦਾ ਸਵਾਲ ਨਾਮਦੇਵ ਦੇ ਸਾਹਮਣੇ ਸਪਸ਼ਟ ਕਰ ਰਿਹਾ ਕਹੇਤ ਲੋਚਨ ਮੀਤ ਕਾਹੇ ਛਾਲਾਂ ਭਾਵ ਕੱਪੜੇ ਕਿਉਂ ਛਿੰਬ ਰਿਹਾ ਰੰਗ ਰਿਹਾ ਇਹ ਕੱਪੜੇ ਕਿਉਂ ਸੀ ਰਿਹਾ ਇਹੋ ਹੀ ਟਾਈਮ ਤੂੰ ਰਾਮ ਨਾਮ ਭਗਤੀ ਕਰ ਦੋ ਰਾਮ ਨਾਮ ਕਰਨ ਦੀ ਭਗਤੀ ਕਰਨ ਵਾਲਾ ਤਾਂ ਇੱਕ ਸਵਾਸ ਬਿਰਥਾ ਨਹੀਂ ਜਾਣ ਦਿੰਦਾ ਉਹਨੂੰ ਤੇ ਹੋਰ ਕੁਝ ਸੁੱਝਦਾ ਹੀ ਨਹੀਂ
ਪਰ ਤੈਨੂੰ ਤੇ ਮੈਂ ਕਾਰੋਬਾਰਾਂ ਵਿੱਚ ਦੇਖਣਾ। ਕਾਹੇ ਛਿਪੋ ਛਾਇਲੇ ਰਾਮ ਨਾ ਲਾਵੋ ਚੀਤ ਰਾਮ ਨਾਲ ਤੂੰ ਜੁੜਦਾ ਨਹੀਂ, ਤੂੰ ਤੇ ਵਿਹਾਰਾਂ ਵਿੱਚ ਲੱਗਾ ਹੋਇਆ। ਪਹਿਲੇ ਮੈਂ ਅਰਜ਼ ਕੀਤੀ ਸੀ ਇੱਕ ਗੱਲ ਸਮਝ ਨਹੀਂ ਆਈ ਕਿ ਗੁਰੂ ਚਾਰੇ ਪਦਾਰਥ ਦਿੰਦਾ ਹੈ ਤੇ ਲਈ ਬੈਠਾ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮਧੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਨ ਗਹੀ ਸੁਖ ਸਾਗਰ। ਇਸ ਤਰ੍ਹਾਂ ਭੁੱਖ ਉਤਰਦੀ ਹੈ, ਦਰਸ਼ਨ ਭੇਟਤ ਉਤਰੀ ਭੁੱਖ ਜਦੋਂ ਗੁਰੂ ਨੂੰ ਮਿਲਦਾ ਸਿੱਖ। ਜੇ ਕਦੀ ਆਤਮਕ ਤੌਰ 'ਤੇ ਸ਼ਰਧਾ ਅਤੇ ਪਿਆਰ ਨਾਲ ਗੁਰੂ ਨਾਲ ਸਾਂਝ ਪੈਦਾ ਕਰ ਲਵੇ, ਗੁਰੂ ਉਹਦੀ ਦੌਲਤ ਵੀ ਨਹੀਂ ਗੁਆਉਂਦਾ, ਗੁਰੂ ਉਹਨੂੰ ਕਿਰਤ ਕਰਨੀ ਸਿਖਾਉਂਦਾ। ਹੈਰਾਨ ਹੁੰਦਾ ਸਤਿਗੁਰੂ ਨੇ ਬਾਣੀ ਅੰਦਰ। ਇਸੇ ਲਈ ਉਦਮ ਤੋਂ ਜੀਵਨ ਸ਼ੁਰੂ ਕਰਾਇਆ ਹੈ, ਕਿਉਂਕਿ ਕਿਰਤ ਲਈ ਅਤੇ ਭਗਤੀ ਲਈ ਹਰ ਇੱਕ ਚੀਜ਼ ਲਈ ਜਿਹਦੇ ਕੋਲ ਉਦਮ ਨਹੀਂ ਉਹ ਮਨੁੱਖ ਭਗਤੀ ਵੀ ਨਹੀਂ ਕਰ ਸਕਦਾ। ਗੁਰੂ ਨੇ ਬਾਣੀ ਵਿੱਚ ਕਿਉਂ ਆਖਿਆ, ਕਹਿਣ ਲੱਗੇ ਪ੍ਰਭ ਮਿਲਵੇ ਕੀ ਲਾਲਸਾ। ਰੱਬ ਨੂੰ ਮਿਲਦਾ ਚਾਹੁੰਦਾ, ਇੱਥੇ ਵੀ ਤੈਨੂੰ ਆਲਸ ਛੱਡਣਾ ਪੈਣਾ। ਪ੍ਰਭ ਮਿਲਵੇ ਕੀ ਲਾਲਸਾ ਤਾਂ ਫਿਰ, ਜੇ ਤੈਨੂੰ ਪ੍ਰਭੂ ਦੇ ਮਿਲਣ ਦੀ ਲਾਲਸਾ ਹੈ, ਮਨ ਅੰਦਰ ਖਾਸ਼ ਹੈ, ਤਮੰਨਾ ਹੈ, ਤਾਂ ਤੇ ਤਾਂ ਫਿਰ ਸ਼ਰਤ ਹੈ ਪ੍ਰਭੂ ਮਿਲਵੇ ਕੀ ਲਾਲਸਾ ਤਾਂ ਤੇ ਆਲਸ ਕਹਾਂ ਕਰੋਰੀ। ਤਾਂ ਫਿਰ ਆਲਸ ਕਿਉਂ, ਆਲਸ ਨਾਲ ਤਾਂ ਗੁਰੂ ਨੇ ਬਾਣੀ ਵਿੱਚ ਹੋ ਸਾਵਧਾਨ ਆਪਣੇ ਗੁਰ ਸੋਂ। ਤੈਨੂੰ ਇੱਥੇ ਵੀ ਸਾਵਧਾਨੀ ਦੀ ਲੋੜ ਹੈ, ਸਾਵਧਾਨ ਇਕਾਗਰ ਚੇਤ। ਆਪਾਂ ਸੁਖਮਨੀ ਸਾਹਿਬ ਵਿੱਚ ਰੋਜ਼ ਪੜ੍ਹਦੇ ਹਾਂ, ਇੱਥੇ ਵੀ ਇੱਕ ਰਸ ਇਕਾਗਰ ਹੋਣਾ ਤੇ ਸਾਵਧਾਨ ਹੋਣਾ, ਇੱਥੇ ਵੀ ਆਲਸ ਦੀ ਕੋਈ ਥਾਂ ਨਹੀਂ। ਕਹਿਣ ਲੱਗੇ ਆਲਸੀ ਮਨੁੱਖ ਜਿਹੜਾ ਹੈ ਉਹ ਭਗਤੀ ਵਿੱਚ ਵੀ ਸਫਲ ਨਹੀਂ, ਸੁੱਤਾ ਹੈ, ਤੇ ਆਲਸੀ ਮਨੁੱਖ ਜਿਹੜਾ ਹੈ ਇੱਕ ਖਿਆਲ ਕਰੇ ਉਹ ਕਿਰਤ ਵਿੱਚ ਵੀ ਸਫਲ ਨਹੀਂ। ਆਪਾਂ ਬੱਚਿਆਂ ਨੂੰ ਆਮ ਕਹਿੰਦੇ ਹਾਂ ਭਲਿਓ, ਜੇ ਇਸ ਮੁਲਕ ਵਿੱਚ ਆਏ ਹੋ ਜਾਂ ਆਉਣਾ ਚਾਹੁੰਦੇ ਹੋ, ਵਸਣਾ ਚਾਹੁੰਦੇ ਹੋ, ਇੱਥੇ ਆਲਸ ਲਈ ਕੋਈ ਥਾਂ ਨਹੀਂ। ਮੈਂ ਜਦੋਂ ਪਹਿਲੀ ਵਾਰ ਇੰਗਲੈਂਡ ਆਇਆ, ਮੈਂ ਉੱਥੋਂ ਦੇ ਨਿਯਮ ਬਾਰੇ ਪੜ੍ਹਿਆ ਸੁਣਿਆ, ਮੈਂ ਹੈਰਾਨ ਹੋਇਆ। ਉਹ ਕਹਿੰਦੇ ਜੇ ਅੱਧਾ ਘੰਟਾ ਕੋਈ ਲੇਟ ਹੋ ਜਾਏ ਆਪਣੀ ਜੋਬ ਤੋਂ ਤਾਂ 2 ਘੰਟੇ ਦੇ ਪੈਸੇ ਕੱਟੇ ਜਾਂਦੇ ਨੇ, ਤਾਂ ਕਿ ਅੱਧਾ ਘੰਟਾ ਵੀ ਲੇਟ ਨਾ ਹੋਵੇ। ਲੇਟ ਉਹ ਹੀ ਹੋਏਗਾ ਜਿਹੜਾ ਆਲਸੀ ਹੋਏਗਾ। ਅਤੇ ਇੱਕ ਖਿਆਲ ਕਰਿਓ, ਜੇ ਤੁਹਾਡਾ ਆਲਸ, ਜੇ ਮੇਰਾ ਆਲਸ ਸੰਸਾਰ ਨੂੰ ਪ੍ਰਵਾਨ ਨਹੀਂ ਤਾਂ ਆਲਸ ਨਿਰੰਕਾਰ ਨੂੰ ਕਿਵੇਂ ਪ੍ਰਵਾਨ ਹੈ? ਇਸੇ ਲਈ ਗੁਰਬਾਣੀ ਨੇ ਇੱਕ ਲਫ਼ਜ਼ ਕਹਿ ਦਿੱਤੇ, ਫੈਸਲਾ ਦੇ ਦਿੱਤਾ, ਪ੍ਰਭ ਮਿਲਵੇ ਕੀ ਲਾਲਸਾ ਤਾਂ ਤੇ
जाते आलस कहां करो री। उद्यम करेंदिया जीव तू उद्यमी हो। हुण देखो ए बच्चियां नू जिवें समझाया जांदा इउं गुरु सानू समझा रिहा केडा जीवन सुखाला बना रहा है। कहिंदा किरत कर दौलत कमा कमावदियां सुख पुंज सुख तेरे घर विच होण। धर्म अर्थ काम मोख चारो जी चार पदार्थ चारे पाए। मसला ये चारे तेनू मिलने ना होवे धर्म होवे ते अर्थ ना होवे गरीबी होवे। जे अर्थ आर्थिक तौर ते बहुत कुछ तेरे कोल होवे ता तेरे कोल धर्म ना होवे। चारे पदार्थ दिंदा है जीवन नू केड़ा सुखाला करदा है। ते इसे लई सतगुरु ने एक फैसला दिता इस बार दा सब्जेक्ट है आर्थिक। ते उन्दे लई सब तो बड़ा जेड़ा औजार है टूल है वह है उद्यम। कहिंदे ने भगती विच भी उद्यम की लोड़ है ते कमाई विच किरत विच भी उद्यम लोड़ दी लोड़ है। सिर्फ फर्क इन्ना है कि वह उद्यम तू लाउणा कित्थे है। गुरु ने सिर्फ तैनू यह समझाना है तैनू उद्यमी बनाना है आलस तो कढ़ना है पर नाल नाल ए समझाना कि उद्यम लाउणा कित्थे है। कहन लगे उद्यम करेंदिया जीव तू कमावदिया सुख पुंज। फिर कहन लगे ध्याएंदिया तू प्रभु मिल नानक उतरी चिंत। ताकि तेरे दिल तेरे विचारा विच तेरे दिमाग विच तेरिया सोचा विच चिंता ना रहे। चिंता उसे दी नहीं रहिंदी जिहड़ा जीवन विच सफल होंदा है। गुरु सफलता भरे जीवन का एक राज दसदे ने ते दसदे ने त्रिलोचन की ते नामदेव की आपसी संवाद की कहानी विचों। अज त्रिलोचन का एक सवाल है वो ये है कि तू माया कमाण लई दौलत कमाण लई पैसे लई ये कपड़े छिंब रहा है रंग कर रहा है जा कपड़े सी रहा है तू ये समा भगती वाल क्यों नहीं लाउंदा। तेरा ये काम कार जेड़ा दुनियादारी जेड़ी है ये तो मैनू ये शंका पैदा कर दी है कि तू माया लई कर रहा है। ते हुण अगले श्लोक विच नामदेव जी वालों जवाब है जेड़ा सानू ये समझाएगा कि किरत छड़नी नहीं किरत नूं कीर्ति बनाना है। दोनों लफज बिल्कुल नाल नाल पर अज आपां इस पक्ष नूं देखना है कि त्रिलोचन की कह रहा है। जे ये सवाल ना हुंदा ते अगली तुक अंदर अगले श्लोक विच नामदेव दा जवाब किवें हुंदा। निरा जवाब जिहड़ा है वह शंके नहीं निवेद करदा ओ ता असी हुक्म आख दिंदे आ उहदे अगे कोई सवाल नहीं हुंदा पर सवाल शंके नूं निवृत्त करन लई हुंदा है। इसे लई त्रिलोचन अज पहले इस अज दे श्लोक मुताबक एक सवाल कर रहा है ते आख रहा है काहे छिपो छाए काहे छिपो छाए राम नाम लावो चीत राम नाम लावो चीत त्रिलोचन पीत
ਬਾਵਣਾ ਲਾਵੋ ਜੀ। ਜੀਵਨ ਦੇ ਰਾਹ ਗੁਰੂ ਸੁਖਾਲੇ ਕਰ ਰਿਹਾ ਹੈ। ਜਦੋਂ ਅਸੀਂ ਇਹਨਾਂ ਹੀ ਛੋਟੀਆਂ ਛੋਟੀਆਂ ਚੀਜ਼ਾਂ ਦੀ ਦੁਬਧਾ ਵਿੱਚ ਪੈ ਜਾਂਦੇ ਸੰਸਾਰ ਨੂੰ ਦੇਖਦੇ ਹਾਂ ਔਰ ਇਸ ਦੁਬਧਾ ਨੇ ਮਨੁੱਖਤਾ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ, ਇੱਕ ਗ੍ਰਹਿ ਬਣਾ ਦਿੱਤੇ, ਇੱਕ ਉਦਾਸੀ ਬਣਾ ਦਿੱਤੇ। ਗ੍ਰਹਿ ਅਤੇ ਉਦਾਸੀ ਨੂੰ ਆਪਸ ਵਿੱਚ ਇਕੱਠਿਆਂ ਨਹੀਂ ਬੈਠਣ ਦਿੱਤਾ। ਉਦਾਸੀ ਜੰਗਲਾਂ ਵਿੱਚ ਚਲਾ ਗਿਆ, ਗ੍ਰਹਿ ਘਰ ਵਿੱਚ ਰਹਿ ਗਿਆ। ਗ੍ਰਹਿ ਨੂੰ ਪਾਪੀ ਗੁਨਾਹਗਾਰ ਆਖਿਆ ਗਿਆ ਅਤੇ ਜੰਗਲਾਂ ਵਿੱਚ ਰਹਿਣ ਵਾਲੇ ਨੂੰ ਧਰਮੀ ਆਖਿਆ ਗਿਆ। ਉਹਨੂੰ ਹੀ ਬਦਲਦਾ ਆਹਿਸਤਾ ਆਹਿਸਤਾ ਫਿਰ ਅਸੀਂ ਗ੍ਰਹਿ ਅਤੇ ਉਦਾਸੀ, ਕਿਉਂਕਿ ਗ੍ਰਹਿ ਦੀਆਂ ਆਪਣੀਆਂ ਲੋੜਾਂ ਸਨ, ਉਦਾਸੀ ਦੀਆਂ ਆਪਣਾ ਜੀਵਨ ਸ਼ੈਲੀ ਸੀ, ਉਹਨੂੰ ਵੱਖ ਵੱਖ ਕਰਨ ਨਾਲ ਦੋ ਚੀਜ਼ਾਂ ਹੋਰ ਵੱਖ ਹੋ ਗਈਆਂ, ਜਿਹਨੂੰ ਅਸੀਂ ਆਖਦੇ ਹਾਂ ਅੱਜ ਦੇ ਸ਼ਬਦਾਂ ਵਿੱਚ ਧਰਮ ਅਤੇ ਰਾਜਨੀਤੀ। ਅੱਜ ਸਾਡੇ ਸਾਹਮਣੇ ਆਮ ਇਹ ਸਵਾਲ ਹੈ, ਇੱਕ ਪੱਖ ਉਹ ਹੈ ਜਿਹੜਾ ਕਹਿੰਦਾ ਧਰਮ ਅਤੇ ਰਾਜਨੀਤੀ ਵੱਖ ਹੋਣੀ ਚਾਹੀਦੀ, ਉਹ ਭਰਿਆ ਵੱਖ ਦਾ ਹੀ ਨਿਸ਼ਾਨੀ ਇਹ ਹੈ ਕਿ ਜਿਹੜੀ ਰਾਜਨੀਤੀ ਸੀ ਉਹ ਜ਼ਾਲਮ ਹੋ ਗਈ, ਧਰਮ ਬੁਜ਼ਦਿਲ ਹੋ ਗਿਆ, ਰਾਜਨੀਤੀ ਜ਼ਾਲਮ ਹੋ ਗਈ। ਮੈਨੂੰ ਅਜੇ ਤੱਕ ਯਾਦ ਹੈ ਜਦੋਂ ਸੇਵਾ ਕਾਲ ਦੇ ਦਰਮਿਆਨ ਹਿੰਦੂ ਕੁਛ ਪੀਰ ਫਕੀਰ ਸਾਧੂ ਆਏ ਵਿਚਾਰ ਕਰਨ ਵਾਸਤੇ, ਬੈਠੇ ਵਿਚਾਰ ਕਰ ਰਹੇ ਸਨ ਅਤੇ ਉਦੋਂ ਵੀ ਮਸਲਾ ਇਹ ਸੀ ਕਿ ਸਾਡੀ ਧਰਮ ਅਤੇ ਰਾਜਨੀਤੀ ਇਕੱਠੀ ਹੈ। ਮੈਨੂੰ ਅਜੇ ਤੱਕ ਯਾਦ ਹੈ ਇੱਕ ਬਜ਼ੁਰਗ ਸਾਧੂ ਨੇ ਬੜੇ ਸੋਹਣੇ ਦੋ ਲਫਜ਼ ਕਹੇ, ਕਹਿਣ ਲੱਗਾ ਧਰਮ ਵਿਹੂਣੀ ਰਾਜਨੀਤੀ ਇੱਕ ਵੇਸਵਾ ਹੈ। ਉਹਦੇ ਲਫਜ਼ ਸਨ, ਧਰਮ ਵਿਹੂਣੀ ਰਾਜਨੀਤੀ ਇੱਕ ਵੇਸਵਾ ਹੈ। ਜੇ ਵੇਸਵਾ ਨੂੰ ਸਮਾਜ ਪ੍ਰਵਾਨ ਨਹੀਂ ਕਰਦਾ ਤੇ ਧਰਮ ਵਿਹੂਣੀ ਰਾਜਨੀਤੀ ਵੀ ਸੰਸਾਰ ਵਿੱਚ ਪ੍ਰਵਾਨ ਨਹੀਂ। ਹਾਂ, ਇਹ ਗੱਲ ਵੱਖਰੀ ਹੈ ਕਿ ਅਸੀਂ ਧਰਮ ਅਤੇ ਰਾਜਨੀਤੀ ਦਾ ਸੰਯੋਗ ਨਿਭਾਅ ਨਹੀਂ ਕਰ ਸਕੇ, ਯੋਗਤਾ ਨਹੀਂ ਸਮਝ ਸਕੇ, ਮਿਲਾਪ ਨਹੀਂ ਸਮਝ ਸਕੇ, ਉਹਦਾ ਨਤੀਜਾ ਅੱਜ ਇਹ ਹੈ ਧਰਮ ਵਿੱਚ ਰਾਜਨੀਤੀ ਇਸ ਢੰਗ ਨਾਲ ਪ੍ਰਵੇਸ਼ ਕਰ ਗਈ ਹੈ, ਧਰਮ ਵੀ ਜ਼ਾਲਮ ਹੁੰਦਾ ਸਾਨੂੰ ਦਿਸਣ ਲੱਗ ਪਿਆ। ਇਹ ਬੜੀ ਲੰਬਾ ਚੌੜਾ ਵਿਸ਼ਾ ਹੈ ਸਮਝਣ ਵਾਲਾ ਅੱਜ ਦੇ ਦੁਖਾਂਤ ਨਾਲ, ਪਰ ਬਾਬਾ ਨਾਮਦੇਵ ਜੀ ਦਾ ਇਹ ਸ਼ਬਦ ਜਿਹੜਾ ਇਹ ਬਾਬਾ ਨਾਮਦੇਵ ਜੀ ਦੇ ਸੰਬੰਧ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦਾ ਇਹ ਸਲੋਕ ਜਿਹੜਾ ਹੈ ਇਹ ਸਾਡੇ ਇਹ ਸਭ ਤੋਂ ਵੱਡੇ ਭੁਲੇਖੇ ਨੂੰ ਦੂਰ ਕਰੇਗਾ। ਗ੍ਰਹਿ ਅਤੇ ਉਦਾਸੀ, ਦੀਨ ਅਤੇ ਦੁਨੀਆਦਾਰਾਂ ਨੂੰ ਵੰਡ ਕਿਉਂ ਦਿੱਤਾ ਗਿਆ? ਦੀਨ ਵਾਲੇ ਵੱਖਰੇ ਹੋ ਗਏ ਨੇ, ਦੁਨੀਆ ਵਾਲੇ ਵੱਖਰੇ ਹੋ ਗਏ ਨੇ, ਧਰਮੀ ਵੱਖਰੇ ਹੋ ਗਏ ਨੇ, ਰਾਜਨੀਤਿਕ ਵੱਖਰੇ ਹੋ ਗਏ ਨੇ। ਰਾਜਨੀਤਿਕਾਂ ਨੇ ਧਰਮ ਦਾ ਨਾਮ ਵਰਤਿਆ, ਧਰਮੀ ਨਹੀਂ ਬਣੇ। ਸੋ ਬੜਾ ਲੰਬਾ ਚੌੜਾ ਵਿਸ਼ਾ ਹੈ, ਗੁਰੂ ਬਖਸ਼ਿਸ਼ ਕਰੇ ਅਸੀਂ ਗੁਰਬਾਣੀ ਵਿੱਚੋਂ ਸਮਝ ਸਕੀਏ। ਇਹਨਾਂ ਸ਼ਬਦਾਂ ਨਾਲ ਖਮਾਂਦਾ ਜਾ ਚੇਤਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।